यार बेली एक गीता मुंडा सी गीता हाँ वो वक्त कोई होर थी प्यार अगला थी कि दूसरे का कौन चीज है वो बेला बहुत खरा सी खरा सी हाँ जी बेला बहुत खरा सी ਇੱਥੇ ਸਰਦਾਰ ਸਾਰੇ ਸਾਡਾ ਬਾਬੂ ਕਰਨੈਲ ਸੀ ਜੀ ਵੱਡਾ ਸਰਦਾਰ ਪਿੰਡ ਦਾ ਗਿਆਨ ਸਿਉਂ ਨੰਬਰਦਾਰ ਤਾਰ ਸਿਉਂ ਸੀ ਜੈਲਦਾਰ ਫਮਣ ਸਿਉਂ ਜੈਲਦਾਰ ਵੱਡੇ ਰਾਜਕੋਟ ਵਾਲਾ ਉਹਦਾ ਪਿਓ ਦਾ ਨਾਂ ਇਸਰ ਸਿਉਂ ਦੋ ਭਰਾ ਸੀ ਚੰਨਣ ਸਿਉਂ ਦੇ ਇਸਰ ਸਿਉਂ ਲਾਲ ਸਿੰਘ ਦਾ ਉਹ ਵੀ ਹੈਗਾ ਬਹੁਤ ਟਾਈਮ ਲੱਗ ਗਿਆ ਅਤੇ ਹਲਾ ਕੱਲ੍ਹ ਦੀ ਬੱਚੇ ਅਸੀਂ ਬੁੜੇ ਹੋ ਗਏ ਆ ਬਚਨ ਕੇ ਉਹ ਉੱਥੇ ਮੋਟੇ ਨੱਤੂ ਕੇ ਬਰਿਆਮ ਕੇ ਹੈ ਜੀ ਫਿਰ ਆਤਮਾ ਥਿਓ ਆ ਮਾਸਟਰ ਫਿਰ ਉਹ ਬਿਸ਼ਨ ਕੇ ਨੱਥਾ ਥਿਓ ਨਾਰ ਸਿੰਘ ਜੀ ਔਰ ਫੀ ਬਈ ਮੇਰੇ ਤਾਂ ਪੁਲਿਸ ਆ ਸਕਦੀ ਪਿੰਡ 'ਚ ਪੁਲਿਸ ਨਹੀਂ ਸੀ ਬਣ ਸਕਦੀ ਉਹ ਸਾਰਾ ਹੀ ਪਿੰਡ ਹੀ ਸੱਗੀ ਸੀ ਜੀ ਆਉਣ ਜਾਣ ਸਾਰਿਆਂ ਨੂੰ ਜਾਣਦੇ ਸੀ ਭਾਰਤਾ ਬਹੁਤ ਗੁਜਰ ਗਿਆ ਹੈ ਜੀ ਹਾਂ ਸੰਤਾਲੀ ਜਿਹੜੇ ਆ ਸਾਰੀ ਜ਼ਮੀਨ ਆ ਜਿਹੜੇ ਛੇ ਸੱਤ ਅੱਠ ਦਸ ਪਿੰਡ ਇਕੱਠੇ ਹੋਏ ਸੀ ਅੱਛਾ ਇੱਥੇ ਇਕੱਠੇ ਹੋਏ ਇੱਥੇ ਇਕੱਠੇ ਕਰ ਲਏ ਬਾਬੂ ਕਰਨੈਲ ਨੇ ਜਾਣੀ ਉਹਨੇ ਕਿਹਾ ਵੀ ਜਿਹੜੇ ਜਵਾਨ ਔਰਤਾਂ ਔਰ ਸਾਡੇ ਚਲੀਆਂ ਜਾਓ ਕਿਉਂ ਅਸੀਂ ਤੁਹਾਡੇ ਨਾਲ ਜਾਂਦੇ ਹੋਏ ਵਿਗਾੜ ਕੇ ਨਾ ਜਾਈ ਬਾ ਕਰਨੈਲ ਸਮਝਣ ਸ਼ਾਮ ਨੂੰ ਆਇਆ ਘੋੜੀ ਬੰਨੀ 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 ਦਿੱਤੀ ਮਾਂ ਨੇ ਕਹੀ ਜਾ ਕੇ ਪੁੱਟ ਉਹਨੇ ਬੜੀ ਹੱਦ ਕੀਤੀ ਮੇਰਾ ਕਹਿਣਾ ਨਹੀਂ ਮੰਨਿਆ ਅੱਛਾ ਬਾ ਫਿਰ ਜਾ ਕੇ ਉਹਨੇ ਚੰਡਾ ਮਾਰੀਆਂ ਸੁਬਾਹ ਨੂੰ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਛਿੰਦਾ ਸਿੰਘ ਦਾ ਮੁੰਡਾ ਸੀ ਛਿੰਦਾ ਸਿੰਘ ਦਾ ਮੁੰਡਾ ਸੀ ਅੱਛਾ ਤੇ ਮਾਸਟਰ ਆਤਮਾ ਸਿੰਘ ਦਾ ਭਤੀਜਾ ਸੀ ਛਿੰਦਾ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਉਹਨਾਂ ਦੇ ਵੱਡ ਵੱਡੇ ਇਸ ਪਿੰਡ ਤੋਂ ਸੀਗੇ ਤਾਂਦਲੇ 66 ਚ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਜਾ ਕੇ ਇਹੋ ਜਿਹੇ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ ਹੈ ਇਹਨਾਂ ਬਜ਼ੁਰਗਾਂ ਰਾਹੀਂ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੀ ਪੁਰਾਣੀ ਇੱਕ ਸਾਂਝ ਸੀ ਉਸ ਸਾਂਝ ਰਾਹੀਂ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੀ ਅੱਜ ਕੱਲ੍ਹ ਦੀ ਸਾਡੀ ਜਨਰੇਸ਼ਨ ਹੈ ਉਹਨੂੰ ਇੱਕ ਸੁਨੇਹਾ ਪਹੁੰਚਾਉਂਦੇ ਹਾਂ ਕਿ ਜਿਹੜਾ ਪੁਰਾਣਾ ਪੰਜਾਬ ਸੀ ਸਾਡਾ ਉਹ ਕਿਸ ਤਰ੍ਹਾਂ ਦਾ ਸੀ ਇਸ ਵੇਲੇ ਅਸੀਂ ਬੈਠੇ ਹਾਂ ਲੈਲਪੁਰ ਮੌਜੂਦਾ ਫੈਸਲਾਬਾਦ ਦੇ ਇੱਕ ਪਿੰਡ ਦੇ ਵਿੱਚ ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ ਬਾਬਾ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਤਬੀਅਤ ਸਿਹਤ ਠੀਕ ਜੇ ਨਾਂ ਕੀ ਤੁਹਾਡਾ ਬਜ਼ੁਰਗੋ ਮੁਹੰਮਦ ਜਮੀਲ ਮੁਹੰਮਦ ਜਮੀਲ ਤੁਹਾਡੇ ਵਾਲਦ ਸਾਹਿਬ ਦਾ ਬੁੰਮਣ ਖਾਂ ਬੁੰਮਣ ਖਾਂ ਅੱਛਾ ਅਤੇ ਤੁਹਾਡਾ ਦਾਦਾ ਜੀ ਦਾ ਨਾਂ ਯਾਦ ਆ ਖੈਰਦੀਨ ਖੈਰਦੀਨ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉੱਧਰੋਂ ਆਏ ਹੋ ਇੱਥੋਂ ਦੇ ਵਸਿੰਦੇ ਆ ਵਸਿੰਦੇ ਹੋ ਇਹ ਪਿੰਡ ਦਾ ਕੀ ਨਾਂ ਜੇ 66 ਚੱਕ ਤਾਂਦਲਾ 66 ਚੱਕ ਤਾਂਦਲਾ ਅੱਛਾ ਇਹ ਤਾਂਦਲੇ ਦੇ ਲਾਗੇ ਕਿਹੜੇ ਕਿਹੜੇ ਪਿੰਡ ਨੇ ਤਾਂਦਲੇ ਲਾਗੇ ਸੰਧਾਰ ਲੀਲਾਂ 65 64 ਮਹਿਤਾ ਬਦਲਾਣਾ ਅੱਛਾ ਬਜ਼ੁਰਗੋ ਜਿਹੜੇ ਇਸ ਪਿੰਡ 66 ਚੱਕ ਤਾਂਦਲੇ ਦੇ ਵਿੱਚ ਜਿਹੜੇ ਸਰਦਾਰ ਲੋਕ ਰਹਿੰਦੇ ਸੀ ਕੋਈ ਉਹਨਾਂ ਦਾ ਨਾਮ ਯਾਦ ਹੈ ਕਰਨੈਲ ਸਿੰਘ ਕਰਨੈਲ ਸਿੰਘ ਦਾ ਯਾਦ ਹੈ ਅੱਛਾ ਕਰਨੈਲ ਸਿੰਘ ਹੋਰ ਕੌਣ ਕੌਣ ਸੀਗੇ ਹੋਰ ਸੰਗਾਂ ਜਿਹੜੇ ਮੰਨ ਬਣਾਏ ਤਾਂ ਦੂਸਰਾ ਭੂਰੂ ਕੇ ਭੂਰੂ ਕੇ ਹਾਂ ਅੱਛਾ ਦਿਆਲ ਦਿਆਲ ਸਿੰਘ ਦਿਆਲ ਸਿੰਘ ਅੱਛਾ ਜਗਤਾਰ ਉਹਦਾ ਭਰਾ ਸੀ ਜਗਤਾਰ ਉਹਦਾ ਭਰਾ ਸੀ ਅੱਛਾ ਚੰਡਾ ਸਿੰਘ ਅੱਛਾ ਸਿੱਖਾਂ ਦਾ ਮੁਸਲਮਾਨਾਂ ਦਾ ਵਸੇਬ ਕਿੱਦਾਂ ਦਾ ਸੀ ਇੱਥੇ ਬਹੁਤ ਸਹੀ ਸੀ ਬਹੁਤ ਸਹੀ ਸੀ ਅੱਛਾ ਆਪਸ ਦੇ ਵਿੱਚ ਦੋਵਾਂ ਕਮਿਊਨਿਟੀਜ਼ ਦਾ ਇੱਥੇ ਹਿੰਦੂ ਵੀ ਰਹਿੰਦੇ ਸੀਗੇ ਹਿੰਦੂ ਵੀ ਰਹਿੰਦੇ ਸੀ ਅੱਛਾ ਉਹਨਾਂ ਦੇ ਕੋਈ ਨਾਮ ਯਾਦ ਮੈਨੂੰ ਨਹੀਂ ਨਹੀਂ ਯਾਦ ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ ਉਮਰ 85-86 ਸਾਲ 85-86 ਸਾਲ ਜਦੋਂ ਵੰਡ ਹੋਈ ਹੈ ਕੁਝ 14 ਕੁ ਸਾਲ 15 ਸਾਲ ਦਾ ਅੱਛਾ 14-15 ਸਾਲ ਇੱਥੇ ਗੁਰਦੁਆਰਾ ਵੀ ਹੈਗਾ ਸੀ ਪਿੰਡ ਗੁਰਦੁਆਰਾ ਵਿਚਾਲੇ ਖੂਹ ਤੇ ਵਿਚਾਲੇ ਖੂਹ ਤੇ ਅੱਛਾ ਇੱਕ ਗੁਰਦੁਆਰਾ ਹੈਗਾ ਬਾਹਰ
3-4 मरबे बाहर है। हाँ बाहर है। हूँ है कि हूँ मुगे दोवे नहीं गुड बाहर है। अच्छा अच्छा बुजुर्गो जे आप मेल जोल तो आईए जदों 47 तो पहले वंड नहीं हुई सी तुहाडे कोई यार बेली भी तो होने कोई है सी यार बेली? यार बेली एक जीता मुंडा सी जीता। हाँ अच्छा बस होर नहीं है बुजुर्गो तुहाडा की नाम जी? अब्दुल रशीद। हाँ पिंड वालियां दी मेहरबानी है कि उन्होंने एक होर बुजुर्ग जिहड़े ने वो साढ़े वास्ते लब के लिआंदे आ क्योंकि अजकल पिंड बहुत वड्डे हो चुके ने इहो जिहे बुजुर्गों भी लभना ज़्यादा मुश्किल हो जाता है। सो बुजुर्गो ना की दस्सिया तुसीं? अब्दुल रशीद। तुहाडे वालद साहब का की नाम? अब्दुल गनी। चौंकीदार। दादा जी का तुहाडे का? शादी। हाँ जी शादी। अच्छा अच्छा बुजुर्गो आप जो पिंड बैठे हैं छियाठ चक्के का नाम है ना? हाँ जी। अच्छा इतने उम्र 80 साल। अच्छा इतने केड़े सिख रहिंदे सी कोई पता? हाँ जी पूछो नौ दसो तुसी दसो इतने कौन कौन रहिंदा सी? सरदार इतने सरदार सारे थे बाबू करनैल सी जी बड़ा सरदार पिंड दा बड़ा करनैल सिंह सी। हाँ अच्छा बाबू करनैल कहंदे हुंदे सी। अच्छा ज्ञान सिंह नंबरदार सी। अवतार सिंह जैलदार सी। अच्छा सिंह वो की काम करदे सी? जिमीदार है। अच्छा ते अपने द्वार रहते थी के वो अपने रायकोट बलदेव रायकोट वाला और आप जो नाम ईश्वर सिंह? ईश्वर सिंह उदे पियो दा नाम? हाँ जी। अच्छा दो भरा जी चरण सिंह उदे ईश्वर सिंह लाल सिंह दा भी हैगा। अच्छा ओए जा तो खुशी नु बाज मार के लिया बुजुर्ग जेने एक होर बुजुर्ग बुला रहे थे और दुकान पे बैठा उनका होने so, बढ़िया पिंडा च सानू बहुत अच्छी चीज मिलती है कि पहले असं एक बुजुर्ग नू लभिया उन्हें सानू दस्या कि मैं इतों का बसिंदा नहीं है उन्होंने दूसरे बुजुर्ग नू सानू भेजता दूसरे ने तीसरे बुजुर्ग नू बुला लिया हूँ तीसरे बुजुर्ग जेने ने अगे चौथे बुजुर्ग नू बुला रहे। अच्छा इतने घर कितने कितने से? ਘਰ ਸੀ ਜੀ ਇੱਧਰ ਪਾਸੇ ਸਾਰੇ ਮੁਸਲਮਾਨ ਸੀ। ਅੱਛਾ ਜਿੱਥੇ ਆਪਾਂ ਬੈਠੇ ਹਾਂ? ਹਾਂਜੀ। ਅੱਛਾ ਜਿਹੜਾ ਅਗਲਾ ਬਾਜ਼ਾਰ ਸੀ ਉਹ ਵੀ ਸਰਦਾਰਾਂ ਦਾ ਸੀ? ਸਰਦਾਰਾਂ ਦਾ ਪਰ ਇਹ ਸਾਰੇ ਸਰਦਾਰਾਂ ਦੇ ਮਕਾਨ ਸੀ। ਅੱਛਾ ਅੱਛਾ ਇਹਦੇ ਵਸੇਬ ਕਿੱਦਾਂ ਸੀ ਆਪਸ 'ਚ ਰਹਿਣ ਸਹਿਣ ਬਹਿਣ? ਬਿਲਕੁਲ ਖੁਸ਼ਹਾਲ ਖੁਸ਼ਹਾਲ ਕੋਈ ਲੜਾਈ ਪਸਾਰ ਆਹੋ ਉੱਧਰ ਹੀ ਦੱਸਦਾ ਨਾ। ਅੱਛਾ ਕੋਈ ਲੜਾਈ ਪਸਾਰ ਨਹੀਂ ਇੱਧਰ ਆਪਣੇ ਮੁਸਲਮਾਨ ਸੀ ਥੋੜ੍ਹੇ ਘਰ ਸੀ ਬਾਹਮਣਾਂ ਦੇ। ਅੱਛਾ ਬਾਹਮਣਾਂ ਦੇ ਵੀ ਆਏ ਸੀ? ਕਾਫੀ ਘਰ ਸੀ ਬਾਹਮਣਾਂ ਦੇ। ਬਾਹਮਣਾਂ ਦੇ ਕੋਈ ਨਾਮ ਚੇਤੇ ਹੈ? ਬਾਹਮਣਾ ਸ਼ਾਮਾਪਤੀ ਬੁੜਾ ਹੁੰਦਾ ਸੀ ਇੱਕ। ਅੱਛਾ ਇੱਕ ਜਨਾਨੀ ਹੁੰਦੀ ਸੀ ਗੇਲੀ। ਅੱਛਾ ਤੇ ਰੋਟਾ। ਅੱਛਾ ਇਹ 4-5 ਭਾਈ ਸੀ। ਅੱਛਾ ਤੇ ਤੁਹਾਡਾ ਕਿਹੜਾ ਯਾਰ ਸੰਗੀ ਕਿਹੜਾ ਸੀ ਤੁਹਾਡਾ? ਯਾਰ ਸੰਗੀ ਮੇਰਾ ਸੀ ਜੀ ਹੈਡਮਾਸਟਰ ਸੀ ਆਤਮਾ ਸਿੰਘ। ਅੱਛਾ ਮਾਸਟਰ ਆਤਮਾ ਸਿੰਘ? ਹਾਂਜੀ ਹੈਡਮਾਸਟਰ ਸੀ। ਅੱਛਾ ਉਹਦਾ ਮੁੰਡਾ ਛਿੰਦਾ ਸਿੰਘ। ਅੱਛਾ ਉਹ ਸੱਜਣ ਬੇਲੇ ਸੀ ਮੇਰਾ ਛਿੰਦਾ ਸਿੰਘ ਤੁਹਾਡਾ ਸੱਜਣ ਬੇਲੇ। ਅੱਛਾ ਇੱਥੇ ਸਿੱਖਾਂ ਦੇ ਕਿੰਨੇ ਘਰ ਸੀ ਮੁਸਲਮਾਨਾਂ ਦੇ ਕਿੰਨੇ ਘਰ ਸੀ? ਸ਼ਿਵਰਾਤ ਹੁੰਦੀ ਹੈ ਵਿਸਾਖੀ ਆਉਂਦੀ ਹੈ ਗੁਰਪੁਰਬ ਹੁੰਦੇ ਨੇ ਫਿਰ ਆਉਣ ਜਾਣ ਹੈ ਸੀ ਸਿੱਖਾਂ ਦੇ ਨਾਲ? ਹਾਂਜੀ ਜੋ ਕੁਝ ਮਰਜ਼ੀ ਕਰਨ ਆਪਦੇ ਆਪਦਾ ਮੁਸਲਮਾਨ ਰਸਮ ਅਦਾ ਕਰਦੇ ਸੀ ਆਪਦਾ ਸਿੱਖ ਅਦਾ ਕਰਦੇ। ਕਦੀ ਐ ਤੇ ਨਹੀਂ ਹੋਇਆ ਕਿ ਨਹੀਂ ਸਿੱਖਾਂ ਨੇ ਮੁਸਲਮਾਨ ਨੂੰ ਕੁਛ ਕਿਹਾ ਹੋਵੇ? ਬਿਲਕੁਲ ਕੁਝ ਨਹੀਂ ਕਿਹਾ। 47 ਵੇਲੇ ਆ ਸਾਰੀ ਜ਼ਮੀਨ ਆ ਜਿਹੜੇ 6-7-8-10 ਪਿੰਡ ਇਕੱਠੇ ਹੋਏ ਸੀ। ਅੱਛਾ ਇੱਥੇ ਇਕੱਠੇ ਹੋਏ? ਇੱਥੇ ਇਕੱਠੇ ਕਰ ਲਏ ਬਾਬੂ ਕਰਨੈਲ ਸਿੰਘ ਨੇ। ਉਹਨੇ ਕਰਦੇ ਇਕੱਠੇ ਤੇ ਜਾਣੀ ਉਹਨੇ ਕਿਹਾ ਵੀ ਜਿਹੜੇ ਜਵਾਨ ਔਰਤਾਂ ਔਰ ਸਾਲੇ ਚਲੀਆਂ ਜਾਓ ਕਿਉਂ ਅਸੀਂ ਤੁਹਾਡੇ ਨਾਲ ਜਾਂਦੇ ਹੋਏ ਵਿਗਾੜ ਕੇ ਨਾ ਜਾਈਏ। ਅੱਛਾ ਵਿਗਾੜ ਕੇ ਨਾ ਜਾਈਏ? ਵਿਗਾੜ ਕੇ ਨਾ ਜਾਈਏ ਕਿਉਂ ਕਿਤੋਂ ਦੇ 10-12 ਮਿੰਟ ਨੇ ਆਲੇ ਦੁਆਲੇ। ਹਾਂ ਉਹ ਸਾਰੇ ਇੱਥੇ ਇਕੱਠੇ ਕਰ ਲਏ ਸੀ। ਅੱਛਾ
ਬਹੁਤ ਕਰਨਾ ਅੱਛਾ ਉਹ ਲੈ ਕੇ ਜਿਸ ਦਿਨ ਗਏ ਆ ਸ਼ਾਮ ਵੇਲੇ ਆਏ ਆ ਕਿਸੇ ਨੇ ਪਹਿਲੇ ਕਹਿ ਦਿੱਤਾ ਉਹਨੂੰ ਕਹਿੰਦੇ ਆਪਣੀ ਆਪਣੀ ਜਗ੍ਹਾ 'ਚ ਆ ਜਾਓ ਅੱਛਾ ਅਤੇ ਆ ਕੇ ਸ਼ਾਮ ਵੇਲੇ ਗੱਡੀ 'ਚ ਆਈ ਉਹ ਕਹਿੰਦੇ ਸੁਬਹ ਅੱਗੇ ਤਿਆਰੀ ਫੜ ਲਓ ਤਿਆਰੀ ਫੜ ਲਓ ਸੁਬਹ ਬਿਲਕੁਲ ਵਿਹਲੇ ਹੋ ਗਏ ਸਹੀ ਹੋ ਗਿਆ ਤੇ ਜਦੋਂ ਗਏ ਆ ਕੋਈ ਇੱਥੇ ਰੌਲਾ ਰੂਲਾ ਤਾਂ ਨਹੀਂ ਪਿਆ ਬਿਲਕੁਲ ਕੋਈ ਰੌਲਾ ਨਹੀਂ ਕੋਈ ਬੰਦਾ ਕਤਲ ਨਹੀਂ ਹੋਇਆ ਇੱਥੇ ਅੱਛਾ ਤੇ ਜਾਣੀਆਂ ਬੜੇ ਚੰਗ ਵਾਲਿਆਂ ਨੇ ਮਾਰੇ ਆ ਖੱਤਰੀ ਰੋਡ ਹੈ ਅੱਛਾ ਤੇ ਹੋਰ ਬਿਲਕੁਲ ਨਮਨ ਮਾਨ ਉਹ ਪਿੱਛੇ ਇੱਕ ਆ ਗਿਆ ਨਾ ਬੰਦਾ ਇਹਨਾਂ ਦਾ ਪੁੱਛਣ ਉਹ ਕਹਿੰਦਾ ਜੀ ਪਹਿਲੇ ਜਵਾਰਾ ਸਾਡਾ ਸੀ ਪਿੰਡ ਦੇ ਵਿੱਚ ਅੱਛਾ ਹੁਣ ਮੈਂ ਦੇਖੇ ਸੀ ਚਵਾਰੇ ਹੀ ਮੈਂ ਵੀ ਇਹ ਤਾਂ ਮੈਂ ਕਹਿ ਨਹੀਂ ਸਕਦਾ ਨਾ ਕੋਈ ਹੋਰ ਨਿਸ਼ਾਨੀ ਕਹਿੰਦੇ ਜੀ ਹੋਰ ਕੋਈ ਨਹੀਂ ਖੂਹ ਸੀਗਾ ਖੂਹ ਹੁੰਦਾ ਸੀ ਵਿਚਾਲੇ ਅਤੇ ਉਹ ਖੂਹ ਤੋਂ ਅੰਦਾਜ਼ਾ ਲਾ ਮੈਂ ਵੀ ਚਵਾਰੇ ਜਾਣ ਮੈਂ ਦੇਖਿਆ ਚਵਾਰੇ ਪਾਏ ਹੋਏ ਫਿਰ ਮੈਂ ਵੀ ਚਵਾਰੇ ਜੇ ਕਹਿੰਦਾ ਸਾਹਮਣੇ ਜੀ ਖੂਹ ਦੇ ਮੈਂ ਕੋਈ ਹੋਰ ਨਿਸ਼ਾਨੀ ਕਹਿੰਦਾ ਮੈਂ ਯਾਰ ਫੋਨ ਮਿਲਾ ਕੇ ਪੱਟਾ ਹੈਗਾ ਜਰਾ ਹਾਂ ਜੀ ਕਹਿੰਦਾ ਮੇਰਾ ਦਾਦਾ ਬਾਪੂ ਜੀ ਦਾ ਮੈਂ ਫੋਨ ਮਿਲਾ ਮੈਂ ਸਹੀ ਤਾਂ ਦੱਸਿਆ ਕਰੋ ਉਹਦੇ ਕਿਹਾ ਗੁਰਦੁਆਰਾ ਮੂਹਰੇ ਆ ਓਹੋ ਕਹਿੰਦਾ ਦੱਸਾਂ ਜੱਜਾ ਮੈਂ ਲੱਭ ਗਿਆ ਉਹ ਵਕਤ ਕੋਈ ਹੋਰ ਸੀ ਪਿਆਰ ਲਾਗਤੀ ਹੁਣ ਉਹ ਚੀਜ਼ ਹੈ ਹੁਣ ਉਹ ਚੀਜ਼ ਨਹੀਂ ਹੈ ਅਤੇ ਇੱਦਾਂ ਮਤਲਬ ਕਿਉਂ ਅਸੀਂ ਆਪਣੀ ਵਿਰਾਸਤ ਨੂੰ ਕਿਉਂ ਭੁੱਲ ਗਏ ਬਸ ਜੀ ਨਹੀਂ ਅੱਛਾ ਇੱਕ ਗੱਲ ਦੱਸੋ ਹਾਂਜੀ ਤੁਸੀਂ ਤੋਵਾਂ ਬਜ਼ੁਰਗਾਂ ਨੇ ਦੱਸਿਆ ਕਿ ਪਹਿਲੇ ਸਾਂਝਾਂ ਬਹੁਤ ਵਧੀਆ ਸੀਗੇ ਹਾਂਜੀ ਫਿਰ 47 ਦੇ ਵਿੱਚ ਜਾਂ ਅਜੋਕੇ ਸਮੇਂ ਦੇ ਵਿੱਚ ਵੇਖੀਏ ਤਾਂ ਸਾਡੇ ਵਿਚਕਾਰ ਹੈ ਰੌਲੇ ਰੱਪੇ ਹੈ ਕਿਉਂ ਬਣੇ ਹੋਏ ਆ ਹਾਲਾਂਕਿ ਅਗਰ ਅਸੀਂ ਜਦੋਂ ਪਿਛੋਕੜ ਆਪਣੇ ਵੱਡਿਆਂ ਨੂੰ ਪੁੱਛਦੇ ਹਾਂ ਉਹ ਤੁਹਾਡੇ ਨਾਂ ਲੈਂਦੇ ਆ ਤੁਹਾਡੇ ਕੋਲ ਪੁੱਛਦੇ ਹਾਂ ਤੁਸੀਂ ਉਹਨਾਂ ਦੇ ਨਾਂ ਲੈਂਦੇ ਹੋ ਤੁਸੀਂ ਕਹਿੰਦੇ ਹੋ ਕਿ ਉਹ ਵੇਲਾ ਚੰਗਾ ਸੀ ਠੀਕ ਆ ਸਾਡੇ ਬਜ਼ੁਰਗ ਵੀ ਕਹਿੰਦੇ ਆ ਉਹ ਵੇਲਾ ਚੰਗਾ ਫਿਰ ਕਿਉਂ ਅੱਜ ਫਿਰ ਲੜਾਈ ਕਰਦੀ ਆਪਸ ਬਸ ਹੁਣ ਪਤਾ ਨਹੀਂ ਕੀ ਗੱਲ ਆ ਪਿਆਰ ਅਖਲਾਕ ਹਰ ਬੰਦੇ ਦਾ ਹਾਂ ਲੈਣ ਦੇਣ ਮੇਲ ਜੋਲ ਹਾਂਜੀ ਸਾਰਾ ਇੱਕ ਤਰ੍ਹਾਂ ਦਾ ਸੀ ਅਤੇ ਉਹ ਐਵੇਂ ਬੈਠੇ ਹਾਂ ਬਜ਼ੁਰਗੋ ਐਵੇਂ ਬੈਠੇ ਹਾਂ ਉਹ ਵੇਲਾ ਚੇਤੇ ਆ ਜਾਂਦਾ ਵਕਤ ਦਿਮਾਗ ਦੇ ਅੱਗੇ ਆ ਜਾਂਦਾ ਹਾਂਜੀ ਉਹ ਵਕਤ ਜਿਹੜਾ ਸਹੀ ਵਕਤ ਗੁਜ਼ਰਿਆ ਹੋਵੇ ਅੱਛਾ ਵਕਤ ਭੁੱਲਦਾ ਉਹ ਵਕਤ ਨਹੀਂ ਭੁੱਲਦਾ ਨਹੀਂ ਭੁੱਲਦਾ ਅੱਛਾ ਜੇ ਤੁਹਾਡੇ ਕਦੀ ਸੱਜਣਾ ਨੇ ਜਾਂ ਤੁਸੀਂ ਕਦੀ ਉਹਨਾਂ ਬੇਲੀਆਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ ਆਉਂਦੇ ਰਹੇ ਜਿਹੜੇ ਆਉਂਦੇ ਮਿਲ ਕੇ ਜਾਂਦੇ ਅੱਛਾ ਬਲਦੇਵ ਇੱਕ ਬਲਦੇਵ ਰਾਏ ਕੋਟੀਆ ਅੱਛਾ ਉਹ ਤਾਂ ਨਹੀਂ ਹੈਗਾ ਤਾਂ ਚੱਲ ਗਿਆ ਇੰਨਾ ਨਹੀਂ ਹੁਣ ਪਤਾ ਆਇਆ ਨਹੀਂ ਕਦੇ ਜੋ ਤਾਂ ਹਰ ਸਾਲ ਆਉਂਦਾ ਹੁੰਦਾ ਅੱਛਾ ਲੁਧਿਆਣੇ ਜਗਤਾਰ ਕੇ ਰਹਿੰਦੇ ਆ ਲੁਧਿਆਣੇ ਜਗਤਾਰ ਕੇ ਜਗਤਾਰ ਅੱਛਾ ਲੁਧਿਆਣੇ ਅੱਛਾ ਆਮ ਤਾਂ ਆਂਡੜੂ ਹੀ ਬੈਠੇ ਆ ਇਸ ਪਿੰਡ ਦੇ ਬੰਦੇ ਸਾਰੇ ਆਂਡੜੂ ਅਤੇ ਰੈਕੋਟ ਕਰਨੈਲ ਸਿੰਘ ਰੈਕੋਟ ਬੈਠਾ ਕਰਨੈਲ ਸਿੰਘ ਜੀ ਇਹ ਰੈਕੋਟ ਜੁਗਾੜ ਕਿੱਦਾਂ ਲੱਭ ਗਿਆ ਸੀ ਜਾਣ ਲੱਭ ਗਿਆ ਸੀ ਉਹ ਕਿੱਦਾਂ ਮਿਲ ਗਿਆ ਸੀ ਬੰਦਾ ਜਾਂਦੇ ਸੀ ਪਹਿਲਾਂ ਉਹਨੂੰ ਤੋਂ ਪਤਾ ਲਿਆ ਅੱਛਾ ਜਗਤਾਰ ਦੇ ਵਾਲਦ ਸਾਹਿਬ ਵੀ ਆਉਂਦੇ ਰਹੇ ਪਿਤਾ ਜੀ ਅੱਛਾ ਨਹੀਂ ਤੁਸੀਂ ਇਕੱਲੇ ਗਏ ਸੀ ਹੋਰ ਵੀ ਨਾਲ ਕੋਈ ਗਿਆ ਸੀ ਚਾਰ ਜਾਣੇ ਗਏ ਸੀ ਚਾਰ ਜਾਣੇ ਗਏ ਸੀ ਅੱਛਾ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਖੁੰਡੇ ਆ ਉਹ ਵੀ ਬੜਾ ਵਟਸਐਪ 'ਤੇ ਜਦੋਂ ਰਾਬਤਾ ਕਰਦੇ ਆ ਅਤੇ ਉਹ ਕਹਿੰਦੇ ਆ ਕਿ ਬਈ ਸਾਡਾ ਪਿੰਡ ਵਿਖਾ ਦਿਓ ਜਾਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਅੱਜ ਵੀ ਆਪਣੇ ਪਿੰਡ ਨੂੰ ਯਾਦ ਕਰਦੇ ਆ ਜਾਂ ਜਿਨ੍ਹਾਂ ਦੇ ਤੁਸੀਂ ਨਾਂ ਲਏ ਆ ਉਹਨਾਂ ਦੀ ਪੀੜ੍ਹੀ ਨੂੰ ਕੀ ਸੁਨੇਹਾ ਕੀ ਸਲਾਮ ਦੁਆ ਸਲਾਮ ਦੁਆ ਹੁਣ ਤਾਂ ਵੱਡਾ ਤਾਂ ਹੈ ਕੋਈ ਹਾਂ ਤੁਹਾਨੂੰ ਵੱਡਿਆਂ ਦੇ ਨਾਂ ਦਾ ਨਾਂ ਤੁਹਾਨੂੰ ਹੀ ਪਤਾ ਹਾਂ ਤੁਹਾਨੂੰ ਦੱਸੀਏ ਜਿਹੜੇ ਆ ਇੰਦਰ ਸਿੰਘ ਹੁੰਦਾ ਸੀ ਵੱਢ ਖਾਣਾ ਕਹਿੰਦੇ ਹੁੰਦੇ ਸੀ ਵੱਢ ਖਾਣਾ ਸਰਦਾਰ ਜੀ ਸੀ ਇੰਦਰ ਸਿੰਘ ਅੱਛਾ ਇੱਥੇ ਸਕੂਲ ਵੀ ਹੈਗਾ ਸੀ ਹਾਂਜੀ ਤੁਸੀਂ ਪੜ੍ਹਦੇ ਰਹੇ ਹੋ ਪੜ੍ਹਦੇ ਉਸਤਾਦ ਕੌਣ ਸੀਗਾ ਉਸਤਾਦ ਇਹ ਸੀ ਮਾਸਟਰ ਆਤਮਾ ਸੋ ਜਿਹੜੇ ਮਾਸਟਰ ਦੂਸਰੇ ਛੋਟੇ ਸੀ ਟੀਚਰ ਅੱਛਾ ਸਹੀ ਮੇਰਾ ਹਾਂ
नहीं आत्मा से हूँ जी, हेडमास्टर। आत्मा से हो, परम से हो? अच्छा, और दूसरा का नाम सी जी, हूँ छोटे सन नहीं इन्ना पता। हाँ, पहली दूसरी से पढ़ते थे। अच्छा, पहली दूसरी। हाँ, तो उदो किन्ने कायदे होंगे स्कूलों से? एक दो ही या बाबा सारे? एक किताब पहली तो कायदा ही होंगे सी, दूसरी से किताब, एक सलेट फट्टी कलम दुआ, तीसरे से ग्राफी वाला होना। हाँ, यह मैं दो कापी पुरानियाँ बन लैनी बस्ते। अच्छा, टाके कपड़े तो बनना बन के चले जाना। तो तख्ती आप पहुँचनी फिर? हाँ जी, तो मास्टर ने कलमा घड़ के देनी है। हाँ, पेन कोई नहीं थी होंगे। अच्छा, कलमा देखना। अच्छा अच्छा, लूमा लगियां ने कादियां की चीज़ ज़्यादा इतने कर दी? लूमा का कारोबार। लूमा का कारोबार थोड़े पिंड से? लूमा मैं वेखिया बहुत ज़्यादा लगियां। लूमा ही है जी। अच्छा, ये तो हूँ जी बहुत बड़ा हो गया। तो साडा शहर देख दे हूँ, शहर के नाल लगे हुआ, 20 मिनट तक शहर बाहर निकल गया। हाँ, शहर साडा माशाल्लाह, पिंड वेख्या बहुत तरक्की कर ली पिंड। हाँ जी, सही। 160 मरबे आ जी पिंड। अच्छा, तो मेरे ख्याल 10 मरबे रह गए, सब आबादी चल गई। अच्छा, टोटल पिंड के 10 मुरबे सी, 7 मुरबे पिंड ही बन गया। पिंड प्याल खलाक बड़े छोटे का बड़ा फर्क। साढ़े टीचर ने एक पीरियड चला आत्मा से, कह बेटा आपको बड़े बुला आप। हाँ, वो उम्र का तनाजा करो, ता बाबा जी, ता जी, चाचा जी, पा जी, फिर सस्ती कट पवो। तो हूँ ना टीचर न पता, ना कारी पता, बजार ना कि बुला बड़े। अच्छा, यह उदो तरबीयत दी जाती कि कौन चाचा वा, कौन ताया वा, बड़े जाने बताने का अदब। अदब बड़े कि बुला। सही, चलो बुजुर्गो, थोड़ा बहुत बहुत शुक्रिया। असं भी उड़ीकते हैं वो एक होर बुजुर्ग न, नाल दे नाल बुजुर्गों ने एक बहुत सोहनी गल की अदब की, कि पहले दौर दे विच बच्चियां नू तालीम दे नाल तरबीयत भी दी जांदी सी, अदब भी सिखाया जांदा सी कि यह वड्डियां दा अदब आ, यह छोटियां दा अदब आ। मंजी उपर अगर बुजुर्ग बैठे ने तो उन्होंने चढ़ते पासे बहना चाहिए, छोटियां नू लहिंदे पासे बहना चाहिए, बुजुर्गों नाल गलबात किदां करनी है। लेकिन बहुत ही अज शर्मिंदगी नाल कहना पैंदा है कि अज कल दे बच्चियां नू यह चीज़ जिहड़ियां साडियां तरबीयती इदारे ने, तालीम ने, किताबां दे 10-10 चका देंदे आ बचपन तो ही, लेकिन अदब नहीं सिखाते वड्डियां दा जो सानू पिंडा च ही मिलता है। सो बुजुर्गों ने बड़ी सोहनी गल की कि बाकायदा एक क्लास होंदी सी, एक पीरियड होंदा सी अदब सिखाउण दा, जिहदे च चाचे, मामे, ताए, फूफियां, होर रिश्तेदारां बारे दस्सिया जांदा सी, जो असी अपने दौर च ते नहीं वेख्या। तुसीं की दस्सन दे सी पुलिस वालिआं बारे? पुलिस जाणे पिंड च नहीं सी आउंदी। पुलिस पिंड च नहीं आउंदी? क्यों? बुजुर्गो की दसन दे सी के 47 तो पहले किनू गोली मारी सी? फौजी ने। फौजी ने किन्ने गोली मारी सी? वो भी सरदारा ने मारी है जी, चाचा ये भाई ने। सरदारा ने गोली मारी सी? हां, सरदारा ने। फौजी कौन सी? सरदार ही सी यार। सरदार ही। अच्छा, बाहर सी नौकरी। अच्छा, पर लड़ते पैदा का जी ने गोली मारी। जिने गोली मारी ओदा की नाम सी? हुमन सी। ओने फौजी मारदा? अच्छा, अच्छा, फिर उस तो बाद दो भाई लग गए? दो भाई, एक खून दे दो भाई। बाबा बचन कौन सी? सरदार। सरदार ये सिर्फ थोड़े पिंड का सीगा? अच्छा, सही हो गया। तो तुसी दो मुंडे होर का जिक्र किया? दो मुंडे हो ही पूजा दे ते दो। अच्छा, ये दे भी के थे? अच्छा, बाबे बचन दे। बाबे बचन दे नहीं, तुसी कह रहे सी कि वो 84 च जिन्ना ने इंदिरा गांधी मारी? हां, वो छिंदा सिंह दा मुंडा सी। छिंदा सिंह दा मुंडा सी? अच्छा,
ਤੇ ਮਾਸ਼ਰ ਆਤਮਾ ਤੋਂ ਦਾ ਭਤੀਜਾ ਸੀ ਚਿੰਤਾ ਤੇ ਉਹ ਇਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਹਾਂਜੀ ਉਹਨਾਂ ਦੇ ਵੱਡੇ ਰੇਸ ਪਿੰਡ ਤੋਂ ਸੀਗੇ ਰੇਸ ਪਿੰਡ ਤਾਂਦਲੇ ਛਿਆੜ ਚ ਤਾਂਦਲੇ ਤੇ ਤੁਹਾਨੂੰ ਇਸ ਗੱਲ ਦਾ ਕਿੱਦਾਂ ਪਤਾ ਲੱਗਾ ਕਿ ਉਹ ਤੁਹਾਡੇ ਪਿੰਡ ਦੇ ਸੀ ਤੁਹਾਡੇ ਪਿੰਡ ਦਾ ਆਦੀ ਨਾ ਉੱਥੋਂ ਆਉਂਦੇ ਰਹਿੰਦੇ ਰਹੇ ਸੀ ਉਹਨਾਂ ਮੇਰੇ ਘਰ ਚੱਲ ਗਿਆ ਰੈਕੋਟੋ ਅੱਛਾ ਦੁਆਰ ਹਰ ਸਾਲ ਆਉਂਦਾ ਚਿੰਦਾ ਸੀ ਉਹਨਾਂ ਦਾ ਮੁੰਡਾ ਸੀ ਅੱਛਾ ਮੁੰਡਿਆਂ ਦੇ ਨਾਂ ਨਹੀਂ ਪਤਾ ਮੁੰਡਿਆਂ ਦਾ ਨਾਮ ਤਾਂ ਨਹੀਂ ਪਤਾ ਅੱਛਾ ਨਾਰ ਸਿੰਘ ਜੀ ਹਰ ਸੀ ਬਈ ਮੇਰੇ ਤਾਂ ਪੁਲਿਸ ਆ ਸਕਦੀ ਪਿੰਡ 'ਚ ਪੁਲਿਸ ਨਹੀਂ ਸੀ ਬਣ ਸਕਦੀ ਅੱਛਾ ਬਾਕੀ ਆਹ ਜਿਹੜਾ ਉਹਨੇ ਕੁੱਟਿਆ ਆ ਕੇ ਥਾਣੇ ਨੂੰ ਨਹੀਂ ਸੀ ਪਤਾ ਕੁੱਟਿਆ ਅੱਛਾ ਤੇ ਉਹਦੀ ਮਾਂ ਗਈ ਉਹਨੇ ਆਖਿਆ ਨਾ ਇਹ ਕੰਮ ਕਰ ਜਾਣਦੇ ਤੂੰ ਡੇਰੇ ਆ ਜਾ ਕਹਿੰਦਾ ਮੈਂ ਨਹੀਂ ਜਾਣਦਾ ਅੱਛਾ ਬਾਕੀ ਨਾਇਲ ਸਿੰਘ ਜੀ ਸ਼ਾਮ ਨੂੰ ਆਇਆ ਘੋੜੀ ਬੰਨੀ ਬੰਨੀ ਨਹੀਂ ਦਿੱਤੀ ਮਾਂ ਨੇ ਕਹਿੰਦੀ ਜਾ ਕੇ ਪੁੱਟ ਉਹਨੇ ਬੜੀ ਹੱਦ ਕੀਤੀ ਮੇਰਾ ਕਹਿਣਾ ਨਹੀਂ ਮੰਨਿਆ ਅੱਛਾ ਬਸ ਫਿਰ ਜਾ ਕੇ ਉਹਨੇ ਚੰਡਾ ਮਾਰੀਆਂ ਸੁਬਾਹ ਨੂੰ ਮੁਅੱਤਲ ਕਰਾਤਾ ਅੱਛਾ ਮੁਅੱਤਲ ਕਰਾਤਾ ਹਾਂ ਅੱਛਾ ਬਸ ਫਿਰ ਜਦੋਂ ਕੋਈ ਚਾਲਾ ਨਾ ਚੱਲਿਆ ਉਹਦੀ ਮਾਂ ਨੇ ਪੈਰ ਪਲੇ ਆ ਕੇ ਫਿਰ ਬਾਹਰ ਉਹ ਉਸਤਾਦ ਨੇ ਫਿਰ ਮਾਂ ਦੇ ਪੈਰ ਹਾਂ ਚੁੱਪ ਥਾਣੇਦਾਰ ਨੇ ਪੈਰ ਥਾਣੇਦਾਰ ਸੀ ਅੱਛਾ ਠੀਕ ਹੋ ਗਿਆ ਫਿਰ ਉਹਦੀ ਮਾਂ ਦੇ ਪੈਰ ਫੜੇ ਅੱਛਾ ਬਾਲ ਹੋਇਆ ਕਰਨੈਲ ਸਿੰਘ ਦੀ ਮਾਂ ਦੇ ਪੈਰ ਫੜੇ ਹਾਂ ਠੀਕ ਇਹਦਾ ਮਤਲਬ ਕਰਨੈਲ ਸਿੰਘ ਬੜਾ ਤਰਲੇ ਵਾਲਾ ਬੰਦਾ ਉੱਧਰ ਵੀ ਐਵੇਂ ਸੀ ਉੱਧਰ ਵੀ ਇਦਾਂ ਹੀ ਚੱਲਦੀ ਸੀ ਅੱਛਾ ਰੈਕੋਰਡ ਵੀ ਉਹਦੀ ਐਵੇਂ ਚੱਲੀ ਅੱਛਾ ਖੁਸ਼ੀ ਮੁਹੰਮਦ ਹਾਂਜੀ ਤੁਸੀਂ ਵੀ ਇੱਥੋਂ ਦੇ ਵਸੇਂਦੇ ਹੋ ਹਾਂਜੀ ਤੁਸੀਂ ਵੀ ਵਸੇਂਦੇ ਹੋ ਹਾਂਜੀ ਜੀ ਆ ਅਸੀਂ ਜੰਮੇ ਹੀ ਇੱਥੇ ਆ ਜੀ ਪਿੰਡ ਸੀ ਅੱਛਾ ਤੇ ਆਪਣਾ ਇਸ ਵੇਲੇ ਉਮਰ ਤੁਹਾਡੀ ਕਿੰਨੀ ਹੈ ਉਮਰ ਉਹ ਚਾਹੁੰਦਾ ਡਾਉਣਾ ਪਿਆ ਮੈਨੂੰ ਸਾਰਾ ਪਤਾ ਸਾਰਾ ਪਤਾ ਹਾਂਜੀ ਕਿੰਨੀ ਉਮਰ ਕਿੰਨੀ ਹੈ ਵੈਸੇ ਉਮਰ ਹੋਊ 80-85 ਸਾਲ ਦੇ 80-85 ਸਾਲ ਹੋਊ ਜਦੋਂ ਵੰਡ ਹੋਈ ਹੈ ਉਦੋਂ ਕਿੰਨੀ ਉਮਰ ਸੀ ਤੁਹਾਡੀ ਹਾਂਜੀ ਜਦੋਂ ਉਜਾੜੇ ਪਏ ਨੇ ਆਹੋ ਉਦੋਂ ਉਮਰ ਜਾਨੀ ਸੁਰਤ ਮਾਂ ਤੁਹਾਨੂੰ ਦੱਸਦਾ ਤੇਰੇ ਉਜਾੜਿਆਂ ਦਾ ਪਤਾ ਮੈਨੂੰ ਉਜਾੜਿਆਂ ਦਾ ਪਤਾ ਜੀ ਆ ਭਾਈ ਬੰਦ ਕਰੀ ਯਾਰ ਅੱਛਾ ਸਾਰਿਆਂ ਦਾ ਉਜਾੜਿਆਂ ਦਾ ਪਤਾ ਤੁਹਾਨੂੰ ਹਾਂਜੀ ਸਹੀ ਹੋ ਗਿਆ ਤੇ ਕਿੱਦਾਂ ਦਾ ਸੀ ਰਹਿਣ ਸਹਿਣ ਹਾਂਜੀ ਕਿੱਦਾਂ ਦਾ ਮੇਲ ਜੋਲ ਕਿੱਦਾਂ ਦਾ ਸੀ ਉਹਨਾਂ ਨਾਲ ਮੇਲ ਜੋਲ ਸੀ ਬਹੁਤ ਸੀਗਾ ਬਹੁਤ ਸੀਗਾ ਅੱਛਾ ਇੱਥੇ ਜਿਹੜੇ ਸਰਦਾਰ ਰਹਿੰਦੇ ਸੀ ਉਹਨਾਂ 'ਚ ਕਿਹੜੇ ਕਿਹੜੇ ਨਾਂ ਕਿਹਨਾਂ ਨੂੰ ਜਾਣਦੇ ਹਾਂਜੀ ਉਹ ਵਿੱਚ ਕਈਆਂ ਨੂੰ ਜਾਣਦਾ ਲਾਲ ਸਿੰਘ ਮਰੱਬੇ ਦਾ ਪਤਾ ਜਾਣੀ ਉਹ ਦੇਖੇ ਹਾਂਜੀ ਲਾਲ ਸਿੰਘ ਦਾ ਹਾਂਜੀ ਅੱਛਾ ਤੇ ਫਿਰ ਉਹ ਬਹੁਤ ਮਰੱਬਿਆਂ ਦਾ ਪਤਾ ਬਹੁਤਿਆਂ ਨੂੰ ਜਾਣਦਾ ਵੀ ਬਹੁਤ ਵਿੱਚ ਨਹੀਂ ਬਹੁਤ ਨਹੀਂ ਵੀ ਹਾਂਜੀ ਆ ਪਿੰਡ ਦੇ ਨੰਬਰਦਾਰ ਦਾ ਕੀ ਨਾਂ ਸੀਗਾ ਨੰਬਰਦਾਰ ਦਾ ਪਿੰਡ ਦੇ ਨੰਬਰਦਾਰ ਉਹ ਜੈਦਾਰ ਸੀ ਅੱਛਾ ਜੈਦਾਰ ਨੰਬਰਦਾਰ ਆਹੋ 1100 ਕੋਠੀ ਵਾਲਾ ਦਾ ਉਹ ਜਿੱਥੇ ਰਹਿੰਦੇ 1100 ਨੰਬਰਦਾਰ ਉਹ ਜੈਦਾਰ ਆ ਹੁੰਦਾ ਸੀ ਬਾਬੇ ਕੇ ਮਰੱਬੇ ਵਾਲਾ ਜੀ ਬਾਬੇ ਕੇ ਮਰੱਬੇ ਵਾਲਾ ਆਹੋ ਬਾਬਾ ਤਾਂ ਹੋਣਾ ਨਾ ਉਹਦਾ ਜੈਦਾਰ ਦਾ ਬਾਬੂ ਕਰਨੈਲ ਅੱਛਾ ਹਾਂਜੀ ਸਹੀ ਹੋ ਗਿਆ ਤੇ ਉਹ ਕਿੱਦਾਂ ਦਾ ਵੇਲਾ ਕਿੱਦਾਂ ਦਾ ਸੀ ਹਾਂਜੀ ਕਿੱਦਾਂ ਦਾ ਵੇਲਾ ਸੀ ਉਹ ਵੇਲਾ ਬਹੁਤ ਖਰਾ ਸੀ ਖਰਾ ਸੀ ਹਾਂਜੀ ਵੇਲਾ ਬਹੁਤ ਖਰਾ ਸਹੀ ਹੋ ਗਿਆ ਆਉਣ ਜਾਣ ਸਿੱਖਾਂ ਨਾਲ ਆਇਆ ਸੀ ਆਹੋ ਆਉਣ ਜਾਣ ਸੀਗਾ ਤੁਹਾਡਾ ਸੰਗੀ ਕਿਹੜਾ ਸੀਗਾ ਹਾਂਜੀ ਯਾਰ ਤੁਹਾਡਾ ਮਿੱਤਰ ਕਿਹੜਾ ਸੀ ਮਿੱਤਰ ਉਹ ਬਚਨ ਕੇ ਉਹ ਬੋਥੇ ਮੋਟੇ ਨੱਤੂ ਕੇ ਬਰਿਆਮ ਕੇ ਹਾਂਜੀ ਅੱਛਾ ਸਹੀ ਹੋ ਗਿਆ ਹਾਂਜੀ ਫਿਰ ਆਤਮਾ ਤੇ ਉਹ ਆ ਮਾਸਟਰ ਹਾਂਜੀ ਫਿਰ ਉਹ ਬਿਸ਼ਨ ਕੇ ਅੱਛਾ ਆਹੋ ਨੱਥਾ ਤੇ ਉਹ ਨੱਥਾ ਸੀ ਉਹ ਹਾਂਜੀ ਆਹੋ ਵਿੱਚ ਸਾਰਿਆਂ ਦਾ ਮੈਨੂੰ ਪਤਾ ਵਿੱਚ ਨਹੀਂ ਵੀ ਪਤਾ ਮਰੱਬਿਆਂ ਦਾ ਵੀ ਪਤਾ ਬਹੁਤ ਉਮਰ ਵੀ ਤੇ ਹੁਣ ਇੰਨੀ ਹੋ ਗਈ ਹੈ ਨਾ ਹਾਂਜੀ ਮੈਂ ਕਿਹਾ ਟਾਈਮ ਵੀ ਤੇ ਵਿੱਚ ਇੰਨਾ ਲੰਘ ਗਿਆ ਬਹੁਤ ਟਾਈਮ ਲੰਘ ਗਿਆ ਤੇ ਹਲਾ ਕੱਲ ਦੀ ਬੱਚੇ ਅਸੀਂ ਬੁੜੇ ਹੋ ਗਏ ਹਾਂਜੀ ਬੁੜੇ ਹੋ ਗਏ ਦਿਲ ਤੇ ਜਵਾਨ ਨੇ ਹਾਂਜੀ ਦਿਲ ਤੇ ਜਵਾਨ ਨੇ ਪੈਸੇ ਦੀ ਚੀਜ਼ ਨਾ ਪੱਲਾ ਉਹ ਦਵਿਆਲ ਸਿੰਘ ਸੀ ਕੱਟੀ ਵਾਲਾ ਇੱਕ ਹੋਰ ਕਰਾਣਾ ਦੀ ਹੱਟ ਗਿਆ ਸੀ ਉੱਥੇ ਬਚਾਉਣ ਦੇ ਤੂਤ ਸਹੀ ਤੁਹਾਡਾ ਮਿੱਤਰ ਤੁਸੀਂ ਕਿਹਦਾ ਨਾਂ ਲਿਆ ਮਿੱਤਰ ਤੁਹਾਡਾ ਉਹ ਬਚਨ ਕੇ ਨੱਥੂ ਮੋਟੇ ਕੇ ਫਿਰ ਆਤਮਾ ਤੇ ਉਹ ਸੀ ਇੱਥੇ ਆ ਮਾਸਟਰ ਪੜਾਉਂਦਾ ਹੁੰਦਾ ਅੱਛਾ ਹਾਂਜੀ ਠੀਕ ਹੈ ਸਾਰੀ ਸਾਰੇ ਤੁਹਾਡੇ ਸੰਗੀ ਸੀ ਹਾਂ ਸਹੀ ਹੈ ਉਹ ਸਾਰੇ ਪਿੰਡ ਹੀ ਸੰਗੀ ਸੀ ਜੀ ਆਉਣ ਜਾਣ ਸਾਰਿਆਂ ਨੂੰ ਜਾਣਦੇ ਸੀ ਹੁਣ ਅਰਸਾ ਬਹੁਤ ਗੁਜ਼ਰ ਗਿਆ ਹੈ ਜੀ ਹਾਂ ਸਹੀ ਹੁਣ ਪਿੰਡ ਦੇ ਮਫੜਿਆਂ 'ਚ ਤੁਸੀਂ 3 ਜੀ ਰਹਿ ਗਏ ਹੋ ਆਹ ਪਿੰਡ ਦਾ ਦੇਖ ਲਓ ਉਦੋਂ ਕਾਰਡ 2 ਮਰੱਬਿਆਂ ਦੀ ਸੀ 1 ਮਰੱਬੇ 'ਚ ਪਿੰਡ ਸੀ ਅੱਧਾ ਹੀ ਇੱਧਰ ਪਿਆ ਸੀ ਅੱਧਾ ਹੀ ਇੱਧਰ ਪਿਆ ਹੁਣ ਦੇਖ ਸੁਧਾਰ ਨੂੰ ਲੱਗਿਆ ਆ ਇੱਧਰੋਂ ਚੌਂਟਾਂ ਪੈਂਟਾਂ ਨੂੰ ਇੱਧਰੋਂ ਪਰੋਕਿਆਂ ਨੂੰ
हाँ जी सही। चलो बुजुर्गो धन्यवाद तुहाडा, तुसीं चल के आए साडे वास्ते। भाई बहुत मेहरबानी, कोई नहीं जी, चल के आई तो बड़ी खुशी दा है, चल के दस्या अगे भी मिलते रहे, बड़े आउंदे रहे। ਉਹ ਮੇਰੂ ਮਰ ਗਿਆ, ਮੇਰੂ ਕੋ ਆਉਂਦੇ ਹੁੰਦੇ ਸੀ, ਕਈ ਆਏ ਅੱਗੇ ਪਿੰਡ ਦੇ, ਉਹ ਜਾਣਦਾ ਸੀ ਬਹੁਤ। ਅੱਛਾ, ਜਿਹੜਾ ਮਰ ਗਿਆ ਉਹ ਤਾਂ ਜਦੋਂ ਆਇਆ ਮਰ ਗਿਆ, ਕਈ ਉਹਦਾ ਰਹਿੰਦਾ, ਹੁਣ ਉਹ ਆਉਂਦੇ ਨੂੰ ਬੜਾ ਕੋਲ ਦੱਸਦਾ, ਪਿੱਛੇ ਬਹੁਤ ਜਾਂਦਾ ਰਿਹਾ। ਅੱਛਾ, ਕੀ ਨਾਂ ਸੀ ਉਹਦਾ? ਮਿਹਰਦੀਨ। ਮਿਹਰਦੀਨ 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 ਉਹ ਦੁੱਲੇ ਦਾ ਮੁੰਡਾ। ਅੱਛਾ, ਦੁੱਲੇ ਭਰਾਈ ਦਾ। ਅੱਛਾ, ਦੁੱਲੇ ਭਰਾਈ ਦਾ ਮੁੰਡਾ ਮਿਹਰਦੀਨ। ਉਹ ਉੱਧਰ ਜਾਂਦਾ ਵੀ ਬਹੁਤ ਸੀ, ਉਹ ਕਹਿੰਦਾ ਮੈਨੂੰ ਬੈਠੇ ਬਿਠਾਏ ਨੂੰ ਸਾਰੀ ਇੰਡੀਆ ਦਾ ਸੈਰ ਕਰਾ ਦਿੰਦੇ ਸੀ। ਅੱਛਾ, ਸਾਰੀ ਇੰਡੀਆ ਦਾ? ਹਾਂ, ਕੀ ਬਾਤ, ਕਹਿੰਦਾ ਬੈਠੇ ਬਿਠਾਏ ਨੂੰ ਸਾਰੀ ਇੰਡੀਆ ਦਾ ਮੈਨੂੰ ਸੈਰ ਕਰਾ ਦਿੰਦੇ ਆ। ਉਹਦੇ ਕੋਲ ਬਹੁਤ ਆਉਂਦੇ ਤੇ ਹੁਣ ਉਹ ਜਦਾਂ ਮਰ ਗਿਆ ਨਾ, ਉਹ ਕੋਈ ਗਿਆ। ਬਚਪਨ ਉਹਨਾਂ ਨਾਲ ਹੀ ਗੁਜ਼ਰਿਆ ਜੀ, ਉਹਨਾਂ ਦਾ ਉਹਨਾਂ ਨਾਲ ਹੀ ਰਹੇ ਘਰੇ ਜੀ। ਤੇ ਪਿੰਡ ਪਿੰਡ ਕਿੱਦਾਂ ਦਾ ਸੀਗਾ, ਕਿਹੜਾ ਇਹ ਵਾਲਾ ਤੁਹਾਡਾ ਉਸ ਵੇਲੇ? ਨਹੀਂ, ਪਿੰਡ ਬਹੁਤ ਵਧੀਆ ਸੀ, ਬੜੀ ਸਫਾਈ ਸਫਾਈ ਚ ਆਰਾਮ ਲਿਆਉਂਦਾ ਸੀ ਪਿੰਡ। ਹਾਂਜੀ, ਹੁਣ ਤੇ ਸ਼ਹਿਰ ਬਣ ਗਿਆ ਤੇ ਇੱਥੇ ਨਾ ਕੋਈ ਘੋੜੀ ਦਾ ਸਵਾਰ ਲੰਘ ਸਕਦਾ ਸੀ। ਹਾਂਜੀ, ਨਾ ਕੋਈ ਬਾਲ ਬਾਹ ਕੇ ਫਿਰ ਸਕਦਾ ਸੀ। ਬਾਲ ਬਾਹ ਕੇ ਨੀ ਲੰਘਣਾ, ਘੋੜੀ ਦੇ ਸਵਾਰ ਨੀ ਲੰਘਣਾ ਪਿੰਡ ਚ। ਤੇ ਤੁਸੀਂ ਵੀ ਪੜ੍ਹਦੇ ਰਹੇ ਉਦੋਂ? ਹੈਂ, ਤੁਸੀਂ ਵੀ ਪੜ੍ਹਦੇ ਰਹੇ ਹੋ? ਪੜ੍ਹਦੇ? ਹਾਂ, ਨਹੀਂ ਉਹ ਅਸੀਂ ਉਹ ਸਕੂਲ ਪਾਕਿਸਤਾਨ ਹੋਏ ਤੋਂ ਜਾਂਦੇ ਰਹੇ, ਪੜ੍ਹੇ ਪੁੜੇ ਕੁਛ ਨਹੀਂ। ਅੱਛਾ, ਪੜ੍ਹਦੇ ਨਹੀਂ ਸੀ ਜਾਣੀ, ਆਤਮਾ ਸਿਉਂ ਕੇ ਸਾਡਾ ਬੁੜਾ ਕਿਹਾ ਬਾਬਾ, ਆਤਮਾ ਸਿਉਂ ਕੇ ਬਚਤ ਕੇ ਸਬਜ਼ੀ ਥੁਬਜ਼ੀ ਦਾ ਬਾਈ ਕਰਦੇ ਸੀ, ਬਾਈ ਦਾ ਕੰਮ ਕਰਦੇ ਸੀ। ਆ ਫਿਰ ਤੇਲੂ ਭੋਜੇ ਹੋਣੀ, ਇਹ ਮੁਰੱਬਾ 40 ਸਾਲ ਪਾਇਆ ਬੁੜਾ ਕਹਿੰਦਾ ਬਾਬਾ ਚੜ੍ਹਦਾ ਸੀ। ਉੱਥੇ ਹੀ ਆ ਕੇ ਕੱਪੜੇ ਲਾ ਕੇ ਘੋੜੀ ਚੋਂ ਉੱਤਰ ਕੇ ਪਿੰਡ ਚ ਵੜ ਗਿਆ। ਅੱਛਾ, ਤੁਸੀਂ ਕਿਹਦਾ ਮੁਰੱਬਾ ਵਾਂਦੇ ਰਹੇ ਹੋ? ਸਾਰਿਆਂ ਦੇ ਬਚਨ ਕਾ, ਫਿਰ ਅਵਤਾਰ ਕਾ। ਅੱਛਾ ਅੱਛਾ, ਅਵਤਾਰ ਕਾ ਉਹ ਜਿਹੜਾ ਮੋਗੇ ਵਾਲਾ ਮੁਰੱਬਾ ਹੈ ਜੀ, ਤੇ ਫਿਰ ਆ ਤੇਲੂ ਕਾ, ਤੇਲੂ ਦੇ ਭੋਜਾ ਦੋ ਭਰਾ ਸੀ ਤਾਂ ਆਹੋ, ਫਿਰ ਉਹਦਾ ਬਾਬਾ ਸਾਡਾ ਕਹਿੰਦਾ 40 ਸਾਲ ਵਾਇਆ ਮੁਰੱਬਾ। ਅੱਛਾ, ਹਾਂਜੀ, ਔਰ ਖੁੱਲੀਆਂ ਜ਼ਮੀਨਾਂ ਸੀ ਜਿੰਨੀ ਮਰਜ਼ੀ ਪਾ ਦੀ ਹੈ ਜੀ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅੱਲਾਹ ਖੈਰ ਕਰੇ। ਠੀਕ, ਅਤੇ ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਰੌਣਕਾਂ ਲਾਤੀਆਂ, ਜਿਹਨਾਂ ਬਜ਼ੁਰਗਾਂ ਨਾਲ ਇਹਨਾਂ ਦਾ ਇੰਤਜ਼ਾਰ ਕਰਨ ਦੇ ਸੀ। ਅੱਗੇ ਵੀ ਜਦੋਂ ਆਉਂਦੇ ਰਹੇ ਨੇ ਸਰਦਾਰ, ਬਹੁਤ ਮਿਲ ਕੇ ਆਉਂਦੇ ਰਹੇ, ਉਹ ਮਿਲ ਕੇ ਆਉਂਦੇ ਸੀ। ਅੱਛਾ, ਹਾਂ, ਅਤੇ ਆਪਾਂ ਗੱਪਸ਼ਪ ਕਰ ਰਹੇ ਸੀ ਨਾਲ ਨਾਲ, ਰਿਕਾਰਡਿੰਗ ਵੀ ਹੋ ਰਹੀ ਸੀ ਤੁਹਾਡੇ ਤੱਕ, ਚੂੰਕਿ ਆਉਣ ਵਾਲੀ ਪੀੜ੍ਹੀ ਤੱਕ ਔਰ ਜਿਹੜੇ ਪੰਜਾਬੀ ਆਰ ਪਾਰ ਬੈਠੇ ਨੇ ਉਹਨਾਂ ਤੱਕ ਸੁਨੇਹਾ ਪਹੁੰਚਾਉਣ ਲਈ। ਅਤੇ ਬਜ਼ੁਰਗਾਂ ਦੇ ਬੱਚੇ, ਜਦੋਂ ਆਪਾਂ ਬਜ਼ੁਰਗਾਂ ਦਾ ਇੰਤਜ਼ਾਰ ਕਰਨ ਦੇ ਸੀ ਤਾਂ ਬਜ਼ੁਰਗਾਂ ਦੇ ਬੱਚਿਆਂ ਨੇ ਦੱਸਿਆ ਕਿ ਇੰਨੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਸੀ ਜੋ ਬਜ਼ੁਰਗ ਅੱਜ ਦੱਸਣ ਦੇ, ਅਤੇ ਬਜ਼ੁਰਗਾਂ ਨੇ ਕਿਹਾ ਕਿ ਤੁਸੀਂ ਕਦੀ ਪੁੱਛਿਆ ਹੀ ਨਹੀਂ। ਅਤੇ ਵੇਖੋ, ਅੱਜ ਅਸੀਂ ਬਜ਼ੁਰਗਾਂ ਕੋਲ ਆਏ, ਉਹਨਾਂ ਕੋਲ ਪੁੱਛਿਆ ਅਤੇ ਬਹੁਤ ਸਾਰਾ ਖਜ਼ਾਨਾ ਉਹਨਾਂ ਲੋਕਾਂ ਦੇ ਨਾਂ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਦੂਸਰੇ ਬਜ਼ੁਰਗ ਨੇ ਕਿ ਉਹਨਾਂ ਦੀਆਂ ਜ਼ਮੀਨਾਂ ਉਹ ਆਉਂਦੇ ਸੀ। ਸੋ ਇਹ ਉਹ ਸਾਂਝਾ ਨੇ ਜੋ ਲੈਂਦੇ ਔਰ ਚੜ੍ਹਦੇ ਪਾਸੇ ਆਪਾਂ ਕੋਸ਼ਿਸ਼ ਕਰਦੇ ਹਾਂ ਸ਼ੇਅਰ ਕਰਨ ਦੀ, ਤਾਂ ਕਿ ਇਸ ਪਾਸੇ ਵੀ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ, ਉਹਨਾਂ ਨੂੰ ਇਸ ਪਤਾ ਲੱਗੇ ਕਿ ਸਾਡੀਆਂ ਸਾਂਝਾਂ ਕਿਸ ਤਰ੍ਹਾਂ ਦੀਆਂ ਸਨ, ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ। ਔਰ ਉਸ ਪਾਸੇ ਵੀ ਜਿਹੜੇ ਖਾਸ ਕਰਕੇ ਇਸ ਪਿੰਡ ਤੋਂ ਉੱਠ ਕੇ ਗਏ ਨੇ, ਜਿਹਨੂੰ ਅੱਜ ਵੀ ਉਹ ਯਾਦ ਸਤਾਉਂਦੀ ਹੈ ਆਪਣੇ ਪਿੰਡ ਦੀ, ਇਹ ਉਹਨਾਂ ਦੇ ਨਾਂ 'ਤੇ ਆਪਾਂ ਕੋਸ਼ਿਸ਼ ਕਰੀ ਦੀ ਹੈ ਕਿ ਉਹ ਲੋਕਾਂ ਤੱਕ ਪਿਆਰ ਭਰਿਆ ਸੁਨੇਹਾ ਉਹਨਾਂ ਦੇ ਪਿੰਡ ਤੋਂ ਪਹੁੰਚੇ। ਸੋ ਇਹੋ ਜਿਹੀਆਂ ਕਹਾਣੀਆਂ ਜਾਰੀ ਰੱਖਾਂਗੇ, ਮਿਲਦੇ ਹਾਂ ਜੀ ਰੱਬ।